ਮਨਪ੍ਰੀਤ ਬਾਦਲ ਨਾਲ ਰਿਹਾ ਮੈਂ, ਪੰਜਾਬੀ ਦਾ ਅਖਬਾਰ ਮੈਂ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਉਰਦੂ ਗੁਰਦਸ਼ੇ ਮਹਿਫਲੇ ਮਾਫੂਫ ਬਸਨ ਕੀ, ਮੈਂ ਕਿਹਾ ਜੀ ਸਮਝ ਹੀ ਨਹੀਂ ਆਉਂਦੀ ਕੀ ਬੋਲੀ ਜਾਂਦੇ ਹੋ। ਪੰਜਾਬੀ ਦੇ ਸ਼ਾਇਰਾਂ ਦੇ ਬਹੁਤ ਵਧੀਆ ਸ਼ੇਰ ਮੈਂ ਤੁਹਾਨੂੰ ਸਿਖਾਇਆ, ਪੰਜਾਬੀ ਬੋਲਿਆ ਕਰੋ ਜੀ। ਪਾਤਰ ਸਾਹਿਬ ਲਿਖਦੇ ਨੇ, ਕੀ ਹੋਇਆ ਜੇ ਪੱਤ ਚੜਾਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਇਹ ਕਿਉਂ ਨਹੀਂ ਬੋਲਦੇ? ਕਿਉਂਕਿ ਇਹ ਪੜ੍ਹੇ ਹੀ ਨਹੀਂ ਉਹਨਾਂ ਨੇ, ਇਹ ਪੜ੍ਹੇ ਨਹੀਂ ਜੀ। ਪਾਤਰ ਸਾਹਿਬ ਲਿਖਦੇ ਨੇ, ਮੈਂ ਰਾਹਾਂ ਤੇ ਤੁਰਦਾ ਨਹੀਂ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁੱਗਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ। ਕਦੇ ਵੀ ਨਹੀਂ ਸੋਚਿਆ, ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ, ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ। ਇਹਦੇ ਸਾਹਮਣੇ ਤਾਂ ਈਵੀਐਮ ਮਸ਼ੀਨ ਅੱਜ ਹੀ ਲਿਆ ਕੇ ਧਰ ਦੋ ਤਾਂ ਅੱਜ ਹੀ ਬਟਨ ਲੱਭ ਦੂਗਾ ਵਾ। ਇਹ ਜਜ਼ਬਾਤ ਨੇ ਲੋਕਾਂ ਦੇ, ਜਜ਼ਬਾਤ ਨੇ। ਬੜੇ ਦੁਖੀ ਕੀਤੇ ਯਾਰ ਇਹਨਾਂ ਨੇ। ਖੰਨਾ ਸਾਹਿਬ ਸਿਆਣੇ ਬੰਦੇ ਨੇ, ਉਮਰ ਤਜਰਬੇ ਵਾਲੀ ਹੈ, ਅੱਜ ਕਹਿ ਰਹੇ ਅੱਖਾਂ ਚ ਅੱਥਰੂ ਨੇ। ਕੀ ਲੈ ਕੇ ਜਾਣ, ਦੁਨੀਆਂ ਤੋਂ ਜਾਣਾ ਹਰੇਕ ਨੇ, ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ, ਕੀ ਲੈ ਕੇ ਜਾਣਗੇ? ਨਮ ਅੱਖਾਂ ਕੀ ਦੇਖਿਆ ਫਿਰ ਸਾਰੀ ਉਮਰ? ਆਹੀ ਲੀਡਰ 23 ਸਾਲ ਦੀ ਉਮਰ ਚ ਭਗਤ ਸਿੰਘ ਜੀ ਨੇ ਫਾਂਸੀ ਦਾ ਰਸਤਾ ਚੁੰਮ ਲਿਆ। ਕਰਤਾਰ ਸਿੰਘ ਸਰਾਭਾ 19 ਸਾਲ ਦਾ ਸੀ, 350 ਏਕੜ ਜ਼ਮੀਨ ਹੈ ਸਰਾਭੇ ਪਿੰਡ ਚ, ਲੁਧਿਆਣੇ ਦੀਆਂ ਜੜਾਂ ਚ। ਜੀਰੋਆਂ ਲਾਉਂਦੇ ਥੱਕ ਜਾਓਗੇ ਜੇ ਉਸ ਜ਼ਮੀਨ ਦੀ ਕੀਮਤ ਪਾਉਣੀ ਹੋਵੇ। ਬਰਕਲੇ ਯੂਨੀਵਰਸਿਟੀ ਚ ਉਸ ਵੇਲੇ, ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰ ਲਿਆ ਸੀ, ਪਾਇਲਟ ਬਣ ਗਏ ਸੀ ਉਸ ਵੇਲੇ। 19 ਸਾਲ ਦੀ ਉਮਰ ਚ ਫਾਂਸੀ ਹੋ ਗਈ, ਇਸ ਕਰਕੇ ਫਾਂਸੀ ਹੋਈ ਸੀ, ਇਸ ਕਰਕੇ ਉਹਨਾਂ ਨੇ ਫਾਂਸੀ ਦੇ ਰਸਤੇ ਚੁੰਮੇ ਸੀ ਕਿ ਸਾਡੇ ਬਜ਼ੁਰਗ ਰੋਂਦੇ ਰਹਿਣ ਕਿ ਜੀ ਰੋਈ ਜਾਂਦੇ ਆ ਜੀ, ਰੋਈ ਜਾਂਦੇ ਆ ਜੀ, ਪਹਿਲਾਂ ਵਧੀਆ ਨਹੀਂ ਆਇਆ ਜੀ, ਉਹ ਲੁੱਟ ਗਿਆ ਜੀ, ਬਾਦਲ ਲੁੱਟ ਗਿਆ ਜੀ, ਕੈਪਟਨ ਲੁੱਟ ਗਿਆ। ਕਮਾਲ ਆ ਯਾਰ, ਕੀ ਇਹਨਾਂ ਨੇ ਯਾਰ ਗੰਦ ਪਾਇਆ ਇੱਥੇ ਪੰਜਾਬ ਚ? ਇਹਨਾਂ ਦੇ ਪੈਸੇ ਨਾਲ ਚਲੇ ਜਾਣਗੇ? ਧਰਮਰਾਜ ਤੋਂ ਲਿਖਾਈ ਬੈਠੇ ਹੋ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਆ, ਲੁੱਟ ਲਓ। ਜੋ ਦੇਖੋ ਲੁੱਟਣ ਤੇ ਬੰਨਿਆ ਯਾਰ ਲੱਕ, ਸ਼ਹੀਦਾਂ ਦੇ ਕੱਫੜਾਂ ਚੋਂ ਪੈਸੇ ਖਾ ਜਾਂਦੇ ਆ ਯਾਰ। ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਬਸ ਕਰੋ ਯਾਰ। ਮੇਰੇ ਕੋਲੇ ਫਾਈਲਾਂ ਆਉਂਦੀਆਂ, ਮੇਰਾ ਰੋਣਾ ਨਿਕਲ ਆਉਂਦਾ ਯਾਰ। ਲਹੂ ਨਾਲ ਲਿਖੀਆਂ ਹੋਈਆਂ ਫਾਈਲਾਂ ਨੇ, ਪੰਜਾਬ ਦੇ ਲੋਕਾਂ ਦੇ ਲਹੂ ਨਾਲ ਲਿਖੀਆਂ ਹੋਈਆਂ ਫਾਈਲਾਂ। ਕਦੇ ਤਾਂ ਕੋਈ ਫੈਸਲਾ ਪੰਜਾਬ ਦੇ ਹੱਕ ਚ ਲੈ ਲਿਆ ਹੋਵੇ? ਨਹੀਂ ਲਿਆ, ਸੋਰੀ, ਨਹੀਂ ਲਿਆ। ਹਮੇਸ਼ਾ ਆਪਦੇ ਚਾਚੇ, ਆਪਦੇ ਪੁੱਤ, ਆਪਦੇ ਭਤੀਜੇ, ਆਪਦੇ ਸਾਲੇ, ਆਪਦੇ ਚੀਜੇ, ਬਸ ਇਦੋਂ ਬਾਅਦ ਸੋਚਿਆ ਨਹੀਂ। ਹੁਣ ਕਹਿੰਦੇ ਪਰਿਵਾਰ ਪੰਜਾਬ ਬਚਾਓ, ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ। ਪੰਜਾਬ ਬਚਾਓ ਨੀ, ਪਰਿਵਾਰ ਬਚਾਓ ਹੈ। ਤੁਸੀਂ ਪ੍ਰੋਗਰਾਮ ਦੇਖੋ ਕਿੱਥੇ ਕਿੱਥੇ ਕੀਤੇ ਨੇ ਇਹਨਾਂ ਨੇ। ਪਹਿਲਾ ਮਜੀਠੇ, ਮੇਰਾ ਸਾਲਾ ਬਚਾਓ। ਦੂਜਾ ਕੈਰੋਂ, ਮੇਰਾ ਭਾਈਆ ਬਚਾਓ। ਤੀਜਾ ਫਿਰੋਜ਼ਪੁਰ, ਮੈਨੂੰ ਬਚਾਓ। ਚੌਥਾ ਬਠਿੰਡੇ, ਭਰਜਾਈ ਬਚਾਓ। ਉਦੋਂ ਬਾਅਦ ਕਹਿੰਦੇ ਪ੍ਰੋਗਰਾਮ ਖਤਮ, ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ। ਉਹ ਕਦੇ ਇੱਧਰ, ਕਦੇ ਬਾਬਾ ਡੇਰਾ, ਬਾਬਾ ਨਾਨਕ, ਬਾਬਾ ਬਕਾਲੇ, ਕਨੀ ਇੱਧਰ, ਕਿਤੇ ਇੱਧਰ ਜੰਡਿਆਲਾ ਗੁਰੂ, ਇੱਧਰ ਕਿਤੇ ਗਰੀਬ ਦੇ ਹੱਕ ਚ ਵੀ ਆ ਜਾਂਦੇ। ਨਾ, ਪਰਿਵਾਰ, ਪਰਿਵਾਰ ਬਚਾਓ। ਕਿਉਂ ਬਚਾਈਏ ਪਰਿਵਾਰ ਵੀ? ਅਸੀਂ ਠੇਕਾ ਲਿਆ ਉਸ ਪਰਿਵਾਰ ਦਾ। ਇਸ ਪਰਿਵਾਰ ਨੇ ਜਿੰਨੇ ਘਰਾਂ ਚ ਸੱਥਰ ਵਿਛਾਏ ਨੇ, ਭਾਵੇਂ ਚਿੱਟੇ ਦੇ ਰੂਪ ਚ,
ਭਾਵੇਂ ਬੇਅਦਬੀਆਂ ਦੇ ਰੂਪ ਚ ਅਸੀਂ ਕਿਉਂ ਪਰਿਵਾਰ ਬਚਾਈਏ ਇਹਨਾਂ ਦਾ? ਕਹਿੰਦੇ ਤੁਹਾਡਾ ਫਰਜ਼ ਬਣਦਾ ਸਾਡਾ ਪਰਿਵਾਰ ਬਚਾਓ, ਫਰਜ਼ ਬਣਦਾ ਸਾਡਾ, ਹੱਦ ਆ ਯਾਰ। ਮੈਂ ਤੁਹਾਡੇ ਤੋਂ ਵੋਟਾਂ ਮੰਗਣ ਨਹੀਂ ਆਇਆ, ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ, ਨਹੀਂ ਮੈਂ ਇਸ ਕੰਮ ਤੇ ਨਹੀਂ ਹੈਗਾ ਕਿ ਹਰ ਵਾਰੀ ਮੈਂ ਹੱਥ ਬੰਨ ਕੇ। ਮੈਂ ਸੰਗਰੂਰ ਦੇ ਵਿੱਚ 14 ਚ ਫੋਟੋਆਂ ਲਾਈਆਂ, ਮੈਨੂੰ ਹੱਥ ਬੰਨਣੇ ਪੈ ਗਏ, ਐਂ ਫੋਟੋ ਖਿਚਾਉਣੀ ਪੈ ਗਈ। ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨੇ ਵਾਲੀ ਹੈ, ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ, ਪਰ 5 ਸਾਲਾਂ ਬਾਅਦ ਦੁਬਾਰੇ ਆਊਂਗਾ ਨਾ, ਜੇ ਹੱਥ ਬੰਨ ਕੇ ਫਿਰ ਵੀ ਫੋਟੋ ਖਿਚਾਉਣੀ ਪੈਗੀ, ਲੱਖ ਲਾਣਤ ਹੈ ਫਿਰ ਮੇਰੀ ਰਾਜਨੀਤੀ ਤੇ। ਮੈਂ ਕਿਹਾ ਅਗਲੀ ਵਾਰ ਹੱਥ ਨਹੀਂ ਬੰਨੂਗਾ, ਕੰਮਾਂ ਤੇ ਵੋਟਾਂ ਪਾਓਗੇ, ਕੰਮਾਂ ਤੇ ਵੋਟਾਂ ਪਾਓਗੇ, ਅਗਲੀ ਵਾਰ ਐਂ ਖਿਚਾਈ ਸੀ ਐਂ। ਇਹ ਸਾਰੇ ਹੋ ਬਾਦਲ ਸਾਹਿਬ ਦੀਆਂ ਫੋਟੋਆਂ, ਇੱਕ ਮੌਕਾ ਹੋਰ ਦਿਓ। ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ, ਉਹ ਇਹ ਮੌਕੇ ਮੰਗਦੇ ਨਹੀਂ ਥੱਕੇ। ਬਸ ਕਰੋ ਯਾਰ, ਕਦੇ ਤਾਂ ਰਿਟਾਇਰ ਹੋ ਜਾਇਆ ਕਰੋ, ਰਿਟਾਇਰ ਹੀ ਨਹੀਂ ਹੁੰਦੇ। 3 ਬੰਦੇ ਇੱਧਰੋਂ ਫੜਦੇ ਆ, 4 ਇੱਧਰੋਂ ਫੜਦੇ ਆ, ਐਂ ਲੈ ਕੇ ਜਾਂਦੇ ਆ, ਵਾਹ ਇੱਕ ਮੌਕਾ ਲੈ ਫਿਰ ਰੱਬਾ। ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਯਾਰ, ਨਵੇਂ ਆਈਡੀਏ, ਨਵਾਂ ਜੋਸ਼, ਦੁਨੀਆ ਬਦਲ ਗਈ, ਬਸ ਕਰੋ ਹੁਣ। ਸੋ ਬਦਲਣਾ ਪਊਗਾ, ਤੁਸੀਂ ਤਾਂ ਬਦਲਤਾ, ਤੁਸੀਂ ਤਾਂ ਕਮਾਲ ਕਰਤੀ, ਤੁਸੀਂ ਤਾਂ 92 ਦੇਤੇ, 92 ਵੀ ਹੈ ਸ਼ਹਿਰੀ ਵਰਗੇ ਦੇਤੇ, ਜਵਾਕ ਨੇ, ਬੱਚੇ ਨੇ, ਰਾਜਨੀਤੀ ਦਾ ਬੱਚੇ ਨੇ, ਹਜੇ ਬਹੁਤ ਲੰਬੀ ਉਮਰ, ਐਕਸਪੀਰੀਅੰਸ ਹੋਊਗਾ, ਤਜਰਬਾ ਹੋਊਗਾ, ਜ਼ਿੰਮੇਵਾਰੀਆਂ ਵੀ ਵਧਣਗੀਆਂ ਬਹੁਤ, ਤਜਰਬੇ ਨਾਲ ਜ਼ਿੰਮੇਵਾਰੀਆਂ ਵਧਦੀ। ਮੈਂ ਪਹਿਲੀ ਇਲੈਕਸ਼ਨ ਹਾਰ ਗਿਆ ਸੀ, ਲਹਿਰੇ ਗਾਗੇ ਤੋਂ ਭੱਠਲ ਵਿਰੁੱਧ ਲੜਿਆ ਸੀ, ਮਨਪ੍ਰੀਤ ਬਾਦਲ ਦੀ ਪਾਰਟੀ PPP ਵੱਲੋਂ ਪਤੰਗ ਚੋਣ ਨਿਸ਼ਾਨ ਸੀ, ਮੈਂ ਹਾਰ ਗਿਆ। ਮੈਨੂੰ ਥੋੜ੍ਹਾ ਜਿਹਾ ਦੁੱਖ ਹੋਇਆ ਯਾਰ, ਮੈਂ ਤਾਂ ਸਾਰਾ ਕੁਝ ਛੱਡਤਾ, ਲੋਕ ਯਾਰ ਹਜੇ ਵੀ ਉੱਥੇ ਖੜੇ ਨੇ। ਪਰ ਮੈਨੂੰ ਕਿਸੇ ਨਾ ਬਜ਼ੁਰਗ ਨੇ ਇੱਕ ਗੱਲ ਦੱਸੀ, ਕਹਿੰਦਾ ਪਰਮਾਤਮਾ ਜੋ ਕਰਦਾ ਨਾ ਸਹੀ ਕਰਦਾ। ਮੈਂ ਕਿਹਾ ਬਜ਼ੁਰਗੋ ਹਾਰ ਗਏ, ਹੁਣ ਇਹ 'ਚ ਸਹੀ ਕੀ ਹੈ ਮੈਨੂੰ ਦੱਸਿਓ। ਉਹਨੇ ਮੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਈ, ਕਹਿੰਦੇ ਅਕਬਰ ਬਾਦਸ਼ਾਹ ਇੱਥੇ ਕਲਾ ਨੌਰੀ ਹੋਈ ਸੀ ਨਾ ਦਸਤਾਰਬੰਦੀ, ਅਕਬਰ ਬਾਦਸ਼ਾਹ ਆਪਣੇ ਹਾਥੀਆਂ ਦੇ ਘੋੜਿਆਂ ਦੇ ਕਾਫਲੇ ਸਮੇਤ ਸ਼ਿਕਾਰ ਖੇਡਣ ਚਲਿਆ ਗਿਆ। ਰੱਬ ਜੋ ਕਰਦਾ ਸਹੀ ਕਰਦਾ, ਇਹ ਸੁਣ ਲਿਓ। ਬੀਰਬਲ ਵੀ ਨਾਲ ਹੁੰਦਾ ਸੀ, ਕਿਤੇ ਅਕਬਰ ਨੇ ਜਦੋਂ ਉੱਥੇ ਜਾ ਕੇ ਤਿਆਰੀ ਕਰਦਾ ਸੀ ਵੀ ਹੁਣ ਮੈਂ ਸ਼ਿਕਾਰ ਖੇਡਣ ਜਾਣਾ, ਅੰਦਰ ਤਲਵਾਰ ਕੱਢੀ ਤਾਂ ਆਪਦਾ ਹੀ ਗੂਠਾ, ਪੂਰਾ ਗੂਠਾ ਵੱਢਿਆ ਗਿਆ। ਰੋਵੇ ਪਿੱਟੇ ਮੇਰਾ ਗੂਠਾ, ਵੈਦ ਚੱਲਦੇ ਸੀ ਨਾਲ, ਜਿਵੇਂ ਅੱਜ ਵੀ ਮੁੱਖ ਮੰਤਰੀ ਦੇ ਨਾਲ ਵੀ ਐਂਬੂਲੈਂਸ ਚੱਲਦੀ, ਡਾਕਟਰ ਚੱਲਦੇ ਨੇ, ਉਦੋਂ ਵੈਦ ਚੱਲਦੇ ਸੀ। ਵੈਦ ਆਏ, ਵੈਦਾਂ ਨੇ ਦਵਾਈ ਰੱਪਾ ਸ਼ੁਰੂ ਕਰਨਾ ਕੀਤਾ, ਇਹਨਾਂ ਨੂੰ ਬੀਰਬਲ ਆ ਗਿਆ। ਬੀਰਬਲ ਕਹਿੰਦਾ ਕੀ ਹੋ ਗਿਆ? ਅਕਬਰ ਕਹਿੰਦਾ ਬੀਰਬਲ ਯਾਰ ਮੇਰਾ ਗੂਠਾ ਵੱਢਿਆ ਗਿਆ ਆਪਦੀ ਤਲਵਾਰ ਨਾਲ ਹੀ। ਕਹਿੰਦਾ ਜੀ ਜੋ ਕਰਦਾ ਪਰਮਾਤਮਾ ਸਹੀ ਕਰਦਾ, ਵਧੀਆ ਹੋ ਗਿਆ। ਕਹਿੰਦਾ ਉਹ ਬਹੁਤ ਗੁੱਸੇ ਹੋਇਆ ਬਾਦਸ਼ਾਹ, ਕਹਿੰਦਾ ਯਾਰ ਮੇਰਾ ਗੂਠਾ ਵੱਢਿਆ ਗਿਆ, ਇਹ ਕਹਿੰਦਾ ਸਹੀ ਹੋਇਆ, ਤੁਸੀਂ ਮੇਰੇ ਗੂਠੇ ਦੀ ਬਾਅਦ ਚ ਕਰਿਓ ਪੱਟੀ, ਪਹਿਲਾਂ ਮੈਂ ਹੁਕਮ ਦਿੰਦਾ ਬੀਰਬਲ ਨੂੰ ਫਾਂਸੀ ਦੇ ਦਿਓ ਜਾ ਕੇ ਮਹਿਲਾਂ ਚ। ਲਓ ਜੀ ਬੀਰਬਲ ਨੂੰ ਬੰਨਿਆ, ਬਾਹਾਂ ਪਿੱਛੇ ਬੰਨਿਆ, ਉਹ ਤਾਂ ਓਡਰ ਹੀ ਹੁੰਦੇ ਸਿੱਧੇ, ਓਡਰ ਹੀ ਹੁੰਦੇ ਸੀ, ਕਿਹੜਾ ਕਾਨੂੰਨ ਸੀ ਕੋਈ। ਲਓ ਜੀ ਉਹਨੂੰ ਲੈ ਗਏ ਮਹਿਲਾਂ ਵੱਲ ਨੂੰ ਵੀ ਫਾਂਸੀ ਦੇਣੀ ਹੈ, ਤੇ ਪੱਟੀ ਪੁੱਟੀ ਕਰਾ ਕੇ ਅਕਬਰ ਸ਼ਿਕਾਰ ਖੇਡਣ ਚਲਾ ਗਿਆ, ਥੋੜਾ ਜਿਹਾ ਅੰਦਰ ਚਲਾ ਗਿਆ ਜੰਗਲ ਦੇ।
ਉੱਥੇ ਕੋਈ ਆਦੀਵਾਸੀ ਸੀਗੇ ਜੰਗਲ ਦੇ ਜੋ ਵਾਸੀ ਸੀਗੇ, ਉਹਨਾਂ ਨੇ ਫੜ ਲਿਆ ਜੀ, ਉਹਨੇ ਅਕਬਰ ਫੜ ਲਿਆ, ਕਹਿੰਦੇ ਆ ਜਾਵੇ। ਉਹਨੇ ਜਾ ਕੇ ਨਾ ਇੱਕ ਧੂਈ ਜੀ ਲਾਈ ਹੋਈ ਸੀ, ਪਿੱਪਲ ਤੇ ਟੰਗ ਲਿਆ ਪੁੱਠਾ ਅਕਬਰ, ਕਹਿੰਦੇ ਵੀ ਅਸੀਂ ਨਾ ਹਰੇਕ ਸਾਲ ਆਪਦੇ ਦੇਵਤੇ ਨੂੰ ਇੱਕ ਬਲੀ ਦੇਣੇ ਹੁੰਦੇ ਹਾਂ ਬੰਦੇ ਦੀ, ਬਸ ਸਾਨੂੰ ਬੰਦਾ ਚਾਹੀਦਾ ਹੁੰਦਾ, ਅੱਜ ਤੂੰ ਉੱਥੇ ਆ ਗਿਆ। ਅਕਬਰ ਨੇ ਆਖਿਆ ਮਾਰੇ ਗਏ ਬਾਈ। ਉਹਨਾਂ ਨੇ ਆਪਦਾ ਭਾਈ ਪਾ ਕੇ ਅੱਗ 'ਚ ਕੋਈ ਜੋ ਵੀ ਉਹਨਾਂ ਦੀ ਸਮੱਗਰੀ ਸੀ, ਹੂਹਾ ਬੂਹਾ ਜੋ ਵੀ ਉਹਨਾਂ ਨੇ ਕਰਨਾ ਸੀ ਮੰਤਰ ਪੜ੍ਹੇ, ਲਓ ਜੀ ਕਹਿੰਦੇ ਕੱਢੋ ਤਲਵਾਰ। ਕੱਢੀ ਤਲਵਾਰ ਕੇ ਗਲ ਵੱਢਣਾ, ਐਂ ਗਲ ਵਾਸਤੇ ਐਂ ਕੀਤੀ ਹੋਈ ਸੀ। ਇੱਕ ਬਜ਼ੁਰਗ ਕਹਿੰਦਾ ਰੁਕੋ ਓਏ, ਰੁਕੋ ਰੁਕੋ ਰੁਕੋ, ਆਦਿਵਾਸੀਆਂ ਦਾ ਬਜ਼ੁਰਗ ਕਹਿੰਦਾ, ਓਏ ਦੇਵਤਾ ਗੁੱਸੇ ਹੋਜੂ, ਆਪਣੇ ਨਾਲ ਨਾਰਾਜ਼ਗੀ ਹੋਜੂਗੀ, ਕਹਿਰ ਹੋਜੂ ਆਪਣੇ ਤੇ। ਓਏ ਦੇਵਤਾ ਪੂਰੇ ਬੰਦੇ ਦੀ ਬਲੀ ਮੰਗਦਾ, ਇਹਦਾ ਅੰਗੂਠਾ ਹੈ ਨਹੀਂ, ਇਹ ਪੂਰਾ ਬੰਦਾ ਨਹੀਂ ਹੈਗਾ, ਇਹ ਛੱਡ ਦਿਓ, ਇਹਨੂੰ ਛੱਡ ਦਿਓ। ਲਓ ਜੀ ਅਕਬਰ ਨੂੰ ਛੱਡਤਾ। ਅਕਬਰ ਆਇਆ ਘੋੜੇ ਤੇ ਚੜਿਆ, ਕਹਿੰਦਾ ਸ਼ੁਕਰ ਆ ਯਾਰ ਬਚ ਗਏ। ਕਹਿੰਦਾ ਬੀਰਬਲ ਸਹੀ ਕਹਿੰਦਾ ਸੀ, ਰੱਬ ਜੋ ਕਰਦਾ ਸਹੀ ਕਰਦਾ। ਕਹਿੰਦਾ ਚੱਲ ਮੈਂ ਤਾਂ ਬਚ ਗਿਆ, ਹੁਣ ਕਿਤੇ ਬੀਰਬਲ ਨੇ ਟੰਗਤਾ ਹੋਵੇ ਉਹਨਾਂ ਨੇ। ਉਦੋਂ ਕਿਹੜਾ ਕੋਈ ਵਟਸਐਪ ਹੁੰਦਾ ਸੀ ਹੈਨਾ, ਵੀ ਉਹ ਮੈਸੇਜ ਦੇ ਦੇਣਗੇ। ਤੇ ਲਓ ਜੀ ਭਜਾਇਆ ਘੋੜਾ, ਮਹਿਲਾਂ ਚ ਗਏ, ਬੀਰਬਲ ਦੇ ਗਲ ਚ ਪਾਈ ਬੈਠੇ ਰੱਸਾ, ਬਸ ਫੱਟਾ ਹੀ ਖਿੱਚਣਾ ਸੀ। ਕਹਿੰਦਾ ਰੁਕੋ ਰੁਕੋ ਰੁਕੋ, ਕੱਢ ਦੋ ਰੱਸਾ, ਕੱਢ ਦੋ। ਸਾਰੀ ਕਹਾਣੀ ਦੱਸੀ, ਕਹਿੰਦਾ ਯਾਰ ਬੀਰਬਲ ਐਂ ਗੱਲ ਹੋਈ, ਤੂੰ ਯਾਰ ਸਹੀ ਕਿਹਾ ਸੀ, ਰੱਬ ਜੋ ਕਰਦਾ ਸਹੀ ਕਰਦਾ, ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ। ਕਹਿੰਦਾ ਯਾਰ ਬੀਰਬਲ ਮੈਂ ਤੈਥੋਂ ਮਾਫ਼ੀ ਮੰਗਦਾ ਵੀ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ। ਉਹ ਕਹਿੰਦਾ ਜਿਹੜਾ ਫਾਂਸੀ ਦਾ ਹੁਕਮ ਦਿੱਤਾ ਨਾ ਬਾਦਸ਼ਾਹ, ਰੱਬ ਜੋ ਕਰਦਾ ਸਹੀ ਕਰਦਾ, ਇਹ ਵੀ ਸਹੀ ਕੀਤਾ ਤੁਸੀਂ। ਕਹਿੰਦਾ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ, ਤੂੰ ਇਹਨੂੰ ਵੀ ਕਹੀ ਜਾਂਦਾ ਵੀ ਰੱਬ ਜੋ ਕਰਦਾ ਸਹੀ ਕਰਦਾ। ਬੀਰਬਲ ਕਹਿੰਦਾ ਜਿਹੜੇ ਤਰੀਕੇ ਨਾਲ ਤੁਸੀਂ ਕਹਾਣੀ ਸੁਣਾਈ ਹੈ, ਮੈਂ ਤੁਹਾਡੇ ਨਾਲ ਹੋਣਾ ਸੀ, ਉਹਨਾਂ ਨੇ ਮੈਨੂੰ ਟੰਗ ਲੈਣਾ ਸੀ। ਸੋ ਬੂਠਾ ਵੱਢਣ ਕਰਕੇ ਤੁਸੀਂ ਬਚ ਗਏ, ਫਾਂਸੀ ਦੇ ਆਰਡਰ ਕਰਕੇ ਮੈਂ ਬਚ ਗਿਆ, ਰੱਬ ਜੋ ਕਰਦਾ। ਫਿਰ 2 ਸਾਲਾਂ ਬਾਅਦ ਜਦੋਂ ਸੰਗਰੂਰ ਤੋਂ ਜਿੱਤਿਆ ਮੈਂ, ਫਿਰ ਜਦੋਂ ਪਾਰਲੀਮੈਂਟ ਜਾ ਕੇ ਮੈਂ ਕਿਹਾ ਬਤਾਈਏ ਮੋਦੀ ਜੀ ਅੱਛੇ ਦਿਨ ਕਬ ਆਨੇ ਵਾਲੇ ਹੈ, ਉਦੋਂ ਲੋਕਾਂ ਨੂੰ ਪਤਾ ਲੱਗਿਆ ਨਹੀਂ, ਲਹਿਰੇ ਗਾਗੇ ਦੇ MLA ਰਹਿ ਜਾਂਦੇ ਬਸ। ਰੱਬ ਜੋ ਕਰਦਾ ਉਹਨੂੰ ਪਤਾ ਹੁੰਦਾ ਮੈਂ ਇਸ ਬੰਦੇ ਤੋਂ ਕੋਈ ਹੋਰ ਕੰਮ ਲੈਣਾ, ਇਹਨੂੰ ਹਜੇ ਇੱਧਰ ਕਰਕੇ ਤੂੰ ਵੱਡਾ ਪ੍ਰਮਾਤਮਾ ਉਹ ਹੈ, ਉਹ ਤੋਂ ਵੱਡਾ ਕੋਈ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ, ਮੈਨੂੰ ਸਿਰਫ ਉਹਦਾ ਡਰ ਹੈ ਕਿ ਪ੍ਰਮਾਤਮਾ ਕੰਮ ਕਰਾਈ ਚੱਲੀ, ਲੋਕਾਂ ਦੇ ਹੱਕ 'ਚ ਕੰਮ ਕਰਾਈ ਚੱਲੀ। ਮੇਰੀ ਪੈਨਸਲ 'ਚੋਂ, ਮੇਰੇ ਪੈਨ 'ਚੋਂ ਜਦੋਂ ਸਾਇਨ ਨਿਕਲਣ, ਕਿਸੇ ਦਾ ਦੀਵਾ ਜਗੇ, ਕਿਸੇ ਦੀ ਰੋਟੀ ਬਲੇ, ਕਿਸੇ ਦਾ ਚੁੱਲ੍ਹਾ ਬਲੇ, ਬਿਲਕੁਲ ਵੀ ਨਹੀਂ ਮੈਂ ਚਾਹੁੰਦਾ ਸਾਡੇ ਨੌਜਵਾਨ ਕਿਤੇ ਕੋਈ ਗਲਤ ਰਸਤੇ ਪੈਣ, ਬੁਰੀ ਸੰਗਤ ਦਾ ਸ਼ਿਕਾਰ ਹੋਣ। ਕੰਮ ਦੇਵਾਂਗੇ, ਕੰਮ ਦੇਵਾਂਗੇ, ਟਿਫਨ ਫੜਾਵਾਂਗੇ ਹੱਥ 'ਚ, ਟੀਕੇ ਖੋ ਕੇ ਟਿਫਨ ਫੜਾਵਾਂਗੇ। ਬਿੱਲਾ ਮਨ ਸ਼ੈਤਾਨੀ ਦਾ ਘਰ, ਜਿਸ ਤਰ੍ਹਾਂ NRI ਮੁੰਡਾ ਕਹਿ ਰਿਹਾ ਸੀਗਾ ਕਿ ਮੈਂ ਬਹੁਤ ਇੰਨੇ ਮੁਲਕਾਂ 'ਚ ਮੈਂ ਕੰਮ ਕਰਦਾ, ਅਸੀਂ ਦੁਨੀਆਂ ਭਰ 'ਚ ਕਾਮਯਾਬ ਹੋ ਸਕਦੇ ਹਾਂ, ਅਸੀਂ ਗਲੋਬਲ ਸਿਟੀਜ਼ਨ ਹਾਂ, ਅਸੀਂ ਪੰਜਾਬੀ ਕਦੇ ਭੀਖ ਮੰਗਦਾ ਨਹੀਂ ਦੇਖਿਆ ਹੋਊਗਾ ਤੁਸੀਂ, ਪੰਜਾਬੀ ਜਿਹੜੇ ਮੁਲਕ 'ਚ ਵੀ ਜਾਂਦਾ ਕਾਮਯਾਬ ਹੋ ਜਾਂਦਾ। ਅਸੀਂ ਮਿਹਨਤੀ ਹਾਂ, ਸਾਨੂੰ ਗੁਰੂਆਂ ਦਾ ਹੌਸਲਾ ਹੈ, ਸਾਨੂੰ ਸ਼ਹੀਦਾਂ ਦਾ ਹੌਸਲਾ, ਪ੍ਰੇਰਨਾ, ਦੇਵੀ ਦੇਵਤਿਆਂ ਪੀਰਾਂ ਫਕੀਰਾਂ ਦੀ ਧਰਤੀ ਹੈ, ਸ਼ਿਵ ਕੁਮਾਰ ਹੋਰਾਂ ਦੀ ਧਰਤੀ ਹੈ, ਸ਼ਾਇਰਾਂ ਦੀ ਧਰਤੀ ਹੈ, ਅਸੀਂ ਕਿਸੇ ਗੱਲੋਂ ਘੱਟ ਹਾਂ? ਕਿਉਂ ਆਪਣੇ ਆਪ ਨੂੰ ਘੱਟ ਸਮਝੀ ਬੈਠੇ ਹਾਂ? ਕਿਉਂ ਕੈਨੇਡਾ ਅਮਰੀਕਾ ਭੱਜੀ ਜਾਂਦੇ ਹਾਂ? ਡਿਸਿਪਲਨ ਹੈ ਬਸ, ਉੱਥੇ ਮੰਤਰੀ ਨੂੰ ਵੀ ਅਤੇ ਸੰਤਰੀ ਨੂੰ ਵੀ ਸੇਮ ਹੈ, ਜੇ ਇੱਥੇ ਕਰ ਦਈਏ ਇਹ ਕੈਨੇਡਾ ਤੋਂ ਘੱਟ ਹੈ?
ਕੈਨੇਡਾ 'ਚ ਐਡੀ ਧਰਤੀ ਵਧੀਆ ਨਹੀਂ ਹੈਗੀ। ਆਪਣੀ ਧਰਤੀ 150 ਮਣ ਦਾਣੇ ਪੈਦਾ ਕਰਦੀ ਹੈ ਇੱਕ ਸਾਲ 'ਚ, 90 ਮਣ ਝੋਨਾ, 60 ਮਣ ਕਣਕ। ਮੈਂ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਸਾਰੀ ਦੁਨੀਆ ਘੁੰਮਿਆ ਕਈ ਵਾਰੀ, ਕਿਤੇ ਇਹੋ ਜਿਹੀ ਧਰਤੀ ਨਹੀਂ ਹੈਗੀ ਜਿਹੜੀ ਆਪਣੇ ਕੋਲ, ਇੰਨੀ ਬਰਕਤ ਵਾਲੀ ਧਰਤੀ ਨਹੀਂ ਹੈਗੀ ਕਿਤੇ। ਗੁਰੂ ਨਾਨਕ ਸਾਹਿਬ ਦੇ ਚਰਨ ਹਰ ਪਿੰਡ 'ਚ, ਕੋਈ ਨਾ ਕੋਈ ਗੁਰੂ ਦੇ ਚਰਨ ਛੋ, ਕੋਈ ਨਾ ਕੋਈ ਸ਼ਹੀਦ ਦਾ ਬੁੱਤ, ਇਦੋਂ ਵੱਧ ਹੋਰ ਕੀ ਭਾਲਦੇ ਯਾਰ। ਇੰਨਾ ਸੋਹਣਾ ਦੇਸ਼ ਛੱਡ ਕੇ ਭੱਜਣ ਲੱਗ ਗਏ ਆਪਾਂ। ਕਸੂਰ ਤੁਹਾਡਾ ਵੀ ਨਹੀਂ ਹੈਗਾ ਮਿੱਤਰੋ, ਕਸੂਰ ਲੀਡਰਾਂ ਦਾ ਸੀਗਾ, ਜਿਹੜੇ ਇੰਜਣ ਸੀਗੇ। ਦੋ ਡੱਬੇ ਤਾਂ ਉਧਰ ਹੀ ਜਾਂਦੇ ਆ ਜਿੱਧਰ ਇੰਜਣ ਲੈ ਜੇ। ਹੁਣ ਇੰਜਣ ਹੀ 90-90 ਸਾਲ ਪੁਰਾਣੇ ਲਾਈ ਬੈਠੇ ਸੀ ਆਪਾਂ, ਹੁਣ ਥੋੜ੍ਹਾ ਜਿਹਾ ਬਦਲੇ ਆ। ਦਿੱਲੀ ਵਾਲਿਆਂ ਨੇ ਵੀ ਇੰਜਣ ਬਦਲ ਲਿਆ, ਬਹੁਤ ਵਧੀਆ ਹੋ ਗਿਆ ਕੰਮ ਉਹਨਾਂ ਦਾ। ਕੇਜਰੀਵਾਲ ਮਾਡਲ ਨਾ ਪੋਲੂਸ਼ਨ ਕਰੇ, ਪੂਰਾ ਭੱਜਦਾ ਵੀ ਬਹੁਤ ਘੈਂਟ ਹੈ। ਇੱਥੇ ਵੀ ਸਕੂਲ ਬਣ ਰਹੇ ਨੇ, ਹਸਪਤਾਲ ਬਣ ਰਹੇ ਨੇ। ਇਹ ਕੋਈ ਅਸੀਂ ਗਿਣਾਉਣ ਵਾਸਤੇ ਥੋੜ੍ਹੀ ਬਣਾ ਰਹੇ ਹਾਂ ਕਿ ਜੀ 800 ਬਣ ਗਏ ਅਤੇ ਅਸੀਂ ਇੰਨੇ ਹਸਪਤਾਲ ਬਣਾ ਤੇ, ਇੰਨੇ ਸਕੂਲ। ਗਿਣਾਉਣ ਵਾਸਤੇ ਥੋੜ੍ਹੀ ਕਰ ਰਹੇ ਹਾਂ ਜੀ, ਇਹ ਸਾਡਾ ਕੰਮ ਹੈ। ਇਟ ਸ਼ੁੱਡ ਬੀ ਡਨ ਮੱਚ ਮੱਚ ਬਿਫੋਰ, ਬਹੁਤ ਚਿਰ ਪਹਿਲਾਂ ਇਹ ਕੰਮ ਹੋ ਜਾਣੇ ਚਾਹੀਦੇ ਸੀ। ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਹੀ ਉੱਚੀਆਂ ਚੱਕੀ ਗਏ, ਛੱਪੜਾਂ ਨੂੰ ਹੀ ਪੈਸੇ ਦੇਈ ਗਏ, ਕਦੇ ਲਾਇਬ੍ਰੇਰੀ ਨਹੀਂ ਬਣਾਈ ਮਾਂ ਦੇ ਪੁੱਤਾਂ ਨੇ ਵੀ ਜਵਾਕ ਨਾ ਪੜ ਜਾਣ ਕਿਸੇ ਦੇ ਯਾਰ। ਸੋ ਆਪਾਂ ਪੋਜ਼ਿਟਿਵ ਰਾਜਨੀਤੀ ਕਰਨੀ, ਪੋਜ਼ਿਟਿਵ ਕਾਮ ਕੀ ਰਾਜਨੀਤੀ ਕਰਨੀ, ਨਾਮ ਕੀ ਰਾਜਨੀਤੀ ਨਹੀਂ ਕਰੂ। ਮੈਂ ਤਾਂ ਹੁਣ ਉੱਥੇ ਵੀ ਕਹਿ ਕੇ ਆਇਆ, ਪਠਾਨਕੋਟ ਤੁਹਾਨੂੰ ਵੀ ਕਹਿ ਦੇਣ, ਤੁਹਾਡੇ ਵਾਲਾ MP ਸਨੀ ਦਿਓਲ ਹੈ, 2.5 ਕਿਲੋ ਦਾ ਹੱਥ